ਅਤੇ ਜੋ ਕਰ ਰਹੇ ਨੇਗੇ ਉਹ ਉਹਦੀ ਸ਼ਖਸੀਅਤ ਨੂੰ ਖਰਾਬ ਕਰ ਰਹੇ ਨੇ, ਰੋ ਰਹੇ ਨੇ ਉਹਨੇ ਸ਼ਖਸੀਅਤ ਨੂੰ। ਕਿਉਂਕਿ ਇੱਕ ਵਾਰੀ ਸਰਦਾਰ ਬਲਕੌਰ ਸਿੰਘ ਨੇ ਆਪ ਆਖਿਆ ਵੀ ਮੇਰਾ ਪੁੱਤਰ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਅੱਜ ਉਹ ਵੀ ਕਿਤੇ ਨਾ ਕਿਤੇ ਰਾਜਨੀਤੀ ਦੇ ਸ਼ਿਕਾਰ ਹੋ ਰਹੇ ਨੇ। ਮੈਂ ਵੀ ਬਾਈ ਸਿੱਧੂ ਕਹਿਣਾ ਉਹਨੂੰ, 80 ਸਾਲ ਦੇ ਉਹ ਵੀ ਬਾਈ ਸਿੱਧੂ ਕਹਿੰਦੇ ਸੀਗੇ, ਜਿਹੜੇ 7-8 ਸਾਲ ਦੇ ਜਵਾਕ ਸੀ ਉਹ ਵੀ ਉਹਨੂੰ ਬਾਈ ਸਿੱਧੂ ਕਹਿੰਦੇ ਸੀ, ਇੰਨਾ ਸਤਿਕਾਰ ਸੀ। ਮੈਂ ਇਹੀ ਉਹਨਾਂ ਨੂੰ ਕਹਿਣਾ ਗਾ ਅੰਕਲ ਉਹਨਾਂ ਨੂੰ ਵੀ ਤੁਸੀਂ ਉਹਨਾਂ ਦਾ ਐਡੀ ਵੱਡੀ ਸ਼ਖਸੀਅਤ ਐਡਾ ਨਾਓ ਵੀ ਉਹ ਰੋਲੋ ਨਾ। ਕਿੰਨੇ ਕਾਂਗਰਸ ਦੇ, ਚਾਹੇ ਉਹ ਨਵਨੀਤ ਬਿੱਟੂ ਸੀਗਾ, ਚਲੋ ਅੱਜ BJP 'ਚ ਆ ਗਿਆ, ਹੋਰ ਵੀ ਕਿੰਨੇ ਕਾਂਗਰਸ ਦੇ MP ਗਏ ਆ, ਦਿੱਲੀ ਬੈਠੇ ਸੀਗੇ, ਕਿਸੇ ਨੇ ਇੱਕ ਕੋਈ ਦੱਸਦੇ ਵੀ ਸਿੱਧੂ ਮੂਸੇਵਾਲ ਦੀ ਗੱਲ ਕੀਤੀ ਹੈ, ਤਾਂ ਗੱਲ ਕੀਤੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ। ਉਹਨਾਂ ਨੇ ਆਖਿਆ ਵੀ ਸਾਡੇ ਸਿੱਧੂ ਮੂਸੇਵਾਲੇ ਸਾਹਿਬ ਦਾ ਕਤਲ, ਦੀਪ ਸਿੱਧੂ ਦਾ ਕਤਲ ਇਹ ਸੈਂਟਰ ਨੇ ਕਰਾਇਆ। ਅੱਖਾਂ 'ਚ ਅੱਖਾਂ ਪਾ ਸਿੱਧੂ ਮੂਸੇਵਾਲ ਦਾ ਸਾਰੇ ਪ੍ਰੇਮ ਕਰਦੇ ਸੀ, ਵੈਸੇ ਤਾਂ ਸਾਰਾ ਵਰਲਡ ਹੀ ਕਰਦਾ ਸੀ, ਹੈ ਨਾ, ਪਰ ਉਹਨਾਂ ਦੀਆਂ ਨਿਗਾਹ ਦੇ ਵਿੱਚ ਕਿਤੇ ਨਾ ਕਿਤੇ ਨਾ ਅੰਕਲ ਹੋਰ ਤਰ੍ਹਾਂ ਦੇਖਣ ਲੱਗ ਗਿਆ ਵੀ ਇਹ ਇੱਕ ਸਿਆਸਤ ਦੇ ਵਿੱਚ ਵੜ ਗਿਆ, ਪਰ ਅੱਜ ਕਿਸੇ ਦਾ ਸਾਂਝਾ ਨਹੀਂ। ਅੰਕਲ ਆਂਟੀ ਜਿਹੜੇ ਮੂਸੇ ਦੇ ਫਾਦਰ ਮਦਰ ਨੇ ਬਹੁਤ ਭੋਲੇ ਆ, ਉਹਨਾਂ ਦੇ ਭੋਲੇਪਨ ਦਾ ਨਜਾਇਜ਼ ਫਾਇਦਾ ਕਾਂਗਰਸ ਚੱਕ ਰਹੀ। ਕਾਲ ਤਖ਼ਤ ਢਾਹ ਤੇ ਇਹਨਾਂ ਨੇ ਸਾਡੇ ਜਿਹੜੇ ਨੌਜਵਾਨ ਗਲੇ ਟਾਇਰ ਪਾ ਕੇ ਸਾੜੇ ਗਏ, ਜਿਹੜੇ ਉੱਥੇ ਦਰਸ਼ਨ ਕਰਨ ਗਏ ਸੀ ਉਹਨਾਂ ਨੂੰ ਮਾਰਿਆ ਗਿਆ, ਅਤੇ ਇਹ ਕਿੱਥੋਂ, ਇਹ ਕਿਹੜੇ ਹਿਸਾਬ ਨਾਲ ਪੰਥਕ ਚਿਹਰਾ ਬਣਦਾ ਜੀ? ਇਹ ਤਾਂ ਇਹਨੂੰ ਆਪਦੇ ਆਪ ਸ਼ਰਮ ਆਉਣੀ ਚਾਹੀਦੀ ਹੈ, ਕੋਈ ਸਿਰ 'ਤੇ ਪੱਗ ਬੰਨ੍ਹ ਕੇ ਪੰਥਕ ਨਹੀਂ ਬਣਦਾ ਹੁੰਦਾ ਜੀ। 200 ਕਿੱਲੇ ਤੋਂ ਉਹਨਾਂ ਕੋਲ ਜ਼ਮੀਨ ਸੀ ਜੀ, ਅੱਜ ਉਹਦੇ ਕੋਲ 25-30 ਕਿੱਲੇ ਜ਼ਮੀਨ ਦੇ ਰਹਿ ਗਏ, ਜਿਹੜੇ ਨਿਰਦੋਸ਼ ਜੇਲ੍ਹਾਂ ਦੇ ਵਿੱਚ ਸੀ ਉਹਨਾਂ ਦੇ ਕੇਸ ਸਾਰੇ ਮਾਨ ਸਾਹਿਬ ਨੇ ਲੜੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਅਤੇ ਮੈਂ ਆ ਕਰਨ। ਸੰਗਰੂਰ ਦੇ ਵਿੱਚ ਚੋਣ ਮੈਦਾਨ ਪੂਰਾ ਭਖਿਆ ਹੋਇਆ ਅਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਜਿਹੜੇ ਰਾਈਟ ਹੈਂਡ ਨੇ ਪਹਿਲਵਾਨ ਗੋਲੂ ਚੀਮਾ ਸਾਡੇ ਨਾਲ। ਬਾਈ ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ? ਸਤਿ ਸ਼੍ਰੀ ਅਕਾਲ ਜੀ ਕਰਨ ਜੀ, ਬਹੁਤ ਬਹੁਤ ਬੱਲੇ ਬੱਲੇ ਚੜ੍ਹਦੀ ਕਲਾ 'ਚ ਬਾਈ ਜੀ ਤੁਹਾਡਾ। ਕੀ ਕੀ ਕਹਿੰਦੀ ਬਈ ਸੰਗਰੂਰ ਦੀ ਹਵਾ? ਕੀ ਕਹਿੰਦੀ ਸੰਗਰੂਰ ਦੀ ਹਵਾ? ਬਾਈ ਚੱਲ ਰਹੀ ਹੈ, ਹਨੇਰੀ ਚੱਲ ਰਹੀ ਹੈ ਮਾਨ ਸਾਹਿਬ ਕੰਨੀ, ਪੂਰੀ ਜਮ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੈ, ਜਿੰਨੇ ਨੌਜਵਾਨ ਕਹਿ ਸਕਦੇ ਆਪਾਂ, ਹੈ ਨਾ, ਅਤੇ ਸਾਰੇ ਮਤਲਬ ਪੂਰੇ, ਜਦੋਂ ਕੱਲ੍ਹ ਵੀ ਮੇਰਾ ਕੰਪੇਨ ਸੀ 4-5 ਪਿੰਡਾਂ ਦੇ ਵਿੱਚ, ਨੌਜਵਾਨ ਪੂਰੇ ਮੂਹਰੇ ਮੋਟਰਸਾਈਕਲ ਲੈ ਕੇ ਜਕਾਰੇ ਛੱਡਦੇ, ਮਾਨ ਸਾਹਿਬ ਨੂੰ ਲੱਡੂਆਂ ਨਾਲ ਤੋਲਦੇ ਰਹੇ ਹੈਗੇ। ਹਾਂਜੀ ਹਾਂਜੀ, ਜਿਹੜੀ ਗੱਲ, ਜਿਹੜੀ ਮਾਨ ਸਾਹਿਬ ਤੁਹਾਨੂੰ ਲੱਗਦਾ ਕਿ ਲੋਕ ਵੱਧ ਪਸੰਦ ਕਰ ਰਹੇ? ਮਾਨ ਸਾਹਿਬ ਦੀ ਗੱਲ ਤਾਂ ਵੱਧ ਤਾਂ ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਮਾਨ ਸਾਹਿਬ ਦਾ ਸਟੈਂਡ ਹੈ, 40 ਸਾਲਾਂ ਤੋਂ ਲੈ ਕੇ, ਅਤੇ 1999 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀ, ਜਿਹਦੇ ਵਿੱਚ ਇਹ ਸਾਰੇ ਲੀਡਰ ਸੀਗੇ, ਬਾਦਲ ਸੀਗਾ, ਕੈਪਟਨ ਸੀਗਾ, ਤਲਵੰਡੀ ਸੀ, ਟੌੜਾ ਸੀ, ਸਾਰੇ ਇਹ ਸਾਰੇ ਭੱਜ ਗਏ। ਮਾਨ ਸਾਹਿਬ ਉਸੇ ਸਟੈਂਡ ਦੇ ਉੱਤੇ ਖੜ੍ਹੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਟੈਂਡ ਦੇ ਉੱਤੇ। ਦੂਜੀ ਗੱਲ ਉਹਨਾਂ ਦੀ ਇਹ ਹੈ ਕਿ ਸਭ ਤੋਂ ਵੱਡੀ ਗੱਲ ਵੀ ਜਿਹੜੀ ਉਹ ਗੱਲ ਕਰਦੇ ਨੇ, ਜਿਹੜੀ ਗੱਲ ਉਹਨਾਂ ਨੇ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਗੱਲ ਕਰਤੀ, ਤਾਂ UNO ਦੇ ਵਿੱਚ ਜਾ ਕੇ ਜਾਂ ਪਾਰਲੀਮੈਂਟ 'ਚ ਉਹਨਾਂ ਨੇ ਉਹੀ ਗੱਲ ਕਰਨੀ ਹੈ, ਉਹਨਾਂ ਲੀਡਰਾਂ ਦਾ ਕੰਮ ਨਹੀਂ ਪਿੰਡਾਂ 'ਚ ਕੁਛ ਹੋਰ ਬੋਲਣਾ ਅਤੇ ਉੱਪਰ ਜਾ ਕੇ ਹੋਰ ਬੋਲਣਾ। ਸੋ ਇਹਨਾਂ ਦਾ ਬਹੁਤ ਵੱਡਾ ਸਟੈਂਡ ਹੈਗਾ, ਅਤੇ ਦੁਨੀਆ ਫੈਨ ਹੈ, ਇਹ ਨਹੀਂ ਹੈਗੇ ਇਕੱਲੇ ਵੀ ਸਿੱਖ, ਮਹਾਜਨ ਬਹੁਤ ਨੇ, ਮੇਰੀ ਗੱਲਬਾਤ ਹੁੰਦੀ ਹੈ, ਜਿਹੜੇ ਮਹਾਜਨ ਨੇ ਉਹ ਵੀ ਕਹਿੰਦੇ ਵੀ ਅਸੀਂ ਜਿਹੜਾ ਅੱਜ ਦਾ ਰਾਜਨੀਤਿਕ ਬਹੁਤ ਗੰਦੀ ਹੋ ਰਹੀ ਹੈ, ਪਤਾ ਲੱਗਦਾ ਵੀ ਸ਼ਾਮ ਨੂੰ ਸੌਂਦੇ ਨੇਗੇ ਉਹ ਕਾਂਗਰਸ ਕੰਨੀ, ਸਵੇਰ ਨੂੰ ਝਾੜੂ ਕੰਨੀ ਵੱਜ ਜਾਂਦੇ ਨੇਗੇ, ਸ਼ਾਮ ਨੂੰ ਸੌਂਦੇ ਨੇ ਉਹ ਝਾੜੂ ਕੰਨੀ, ਸਵੇਰ ਨੂੰ BJP ਕੰਨੀ ਵੱਜ ਜਾਂਦੇ। ਪਰ ਮਾਨ ਸਾਹਿਬ ਦਾ ਇੱਕ ਬਹੁਤ ਵੱਡਾ ਸਟੈਂਡ ਹੈ ਜੀ, 40 ਸਾਲਾਂ ਦਾ ਅਰਸਾ ਬਹੁਤ ਲੰਬਾ ਹੁੰਦਾ ਹੈ ਕਰਨ ਜੀ, ਜਿੱਥੇ ਉਹ ਖੜੇ ਨੇ ਉਸ ਸਟੈਂਡ 'ਤੇ। ਕਿਵੇਂ ਲੱਗਦਾ, ਕਿਉਂਕਿ ਇੱਥੇ ਹਿੰਦੂ ਵੋਟ ਬੈਂਕ ਵੀ ਹੈ, ਰਾਮ ਮੰਦਿਰ ਦਾ ਵੀ ਇੱਕ ਪ੍ਰਭਾਵ ਹੈ, BJP ਦਾ ਕੈਂਡੀਡੇਟ ਵੀ ਸਟਰੋਂਗ, ਹੁਣ ਤੱਕ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਸੀ ਪਰ ਚੌਥਾ ਖਿਡਾਰੀ ਵੀ ਆ ਗਿਆ, ਕੀ ਲੱਗਦਾ ਕਿ ਹਿੰਦੂ ਵੋਟ ਬੈਂਕ ਮਾਨ ਸਾਹਿਬ ਤੋਂ ਡਰੀ ਤਾਂ ਨਹੀਂ, ਕਿਉਂਕਿ ਖਾਲਿਸਤਾਨ ਦੀ ਜਾਂ ਵੱਖਵਾਦੀ ਉਹ ਆਪਣੀ ਇੱਕ ਵਿਚਾਰਧਾਰਾ ਪੇਸ਼ ਕਰਦੇ ਨੇ, ਉਹ ਵੋਟ ਕਿੱਧਰ ਭੁਗਤਦੀ ਨਜ਼ਰ ਆ ਰਹੀ?
ਨਹੀਂ ਜੀ, ਐਸੀ ਕੋਈ ਗੱਲ ਨਹੀਂ ਜੀ, ਮਾਨ ਸਾਹਿਬ ਬਹੁਤ ਸਤਿਕਾਰ ਕਰਦੇ ਨੇ। ਦੇਖੋ ਹੁਣ ਜਦੋਂ MP ਫੰਡ ਆਇਆ ਗਾ ਅਤੇ ਜਿਹੜੀਆਂ ਗਊਸ਼ਾਲਾ ਨੂੰ ਵੀ ਫੰਡ ਦਿੱਤਾ ਹੈਗਾ, ਧਰਮਸ਼ਾਲਾ ਨੂੰ ਵੀ ਫੰਡ ਦਿੱਤਾ ਹੈਗਾ ਉਹਨਾਂ ਨੇ। ਔਰ ਦੂਜੀ ਗੱਲ ਜਿਹੜਾ ਮਾਨ ਸਾਹਿਬ ਦੀ ਮੇਨ ਗੱਲ ਹੈ, ਉਹ ਗੱਲ ਇੱਕ ਕੋਈ ਧਰਮ ਦੀ ਜਾਤ ਪਾਤ ਦੀ ਗੱਲ ਨਹੀਂ ਜੀ, ਇੱਕ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਬੇਰੁਜ਼ਗਾਰੀ ਦਾ, ਚਿੱਟੇ ਦਾ। ਚਿੱਟਾ ਮਹਾਜਨਾਂ ਦੇ ਮੁੰਡੇ ਵੀ ਪੀਂਦੇ ਨੇ ਇੱਥੇ ਜੀ, ਲਾਲਿਆਂ ਦੇ, ਸਿੱਖਾਂ ਦੇ ਵੀ ਪੀਂਦੇ ਨੇ, ਮੁਸਲਮਾਨਾਂ ਦੇ ਪੀਂਦੇ ਨੇ। ਸੋ ਜਿਹੜੀ ਇਹ ਗੱਲ ਹੈਗੀ, ਇਹ ਗੱਲ ਨੂੰ ਕੁਛ ਲੈ ਕੇ ਮਹਾਜਨ ਤਬਕਾ ਵੀ ਨਾਲ ਜੁੜਿਆ ਹੋਇਆ ਹੈਗਾ ਵੀ ਜਿਹੜੀ ਗੱਲ ਹੈ ਚਿੱਟੇ ਦੀ ਬਹੁਤ ਵੱਡਾ ਮੁੱਦਾ ਜੀ, ਇੱਥੇ ਹਰੇਕ ਆਉਂਦਾ ਹੈਗਾ ਰਾਜਨੀਤੀ ਕਰਕੇ ਵਗ ਜਾਂਦਾ ਹੈਗਾ। ਸੋ ਇਸ ਕਰਕੇ ਐਸੀ ਕੋਈ ਗੱਲ ਨਹੀਂ, ਮਹਾਜਨਾਂ ਦਾ ਸਤਿਕਾਰ ਕਰਦੇ ਨੇ, ਉਹ ਵੀ ਕਰਦੇ ਨੇਗੇ, ਅਤੇ ਪਿੱਛੇ ਬਿਲਕੁਲ ਭੁਗਤੂਗੀ ਜੀ, ਮਹਾਜਨਾਂ ਦੀ ਵੋਟ ਭੁਗਤੂਗੀ। ਸੁਖਪਾਲ ਖਹਿਰਾ ਉਹ ਵੀ ਪੰਥਕ ਇਸ਼ੂਜ਼ ਨੂੰ ਬਹੁਤ ਚੱਕਦੇ ਆ, ਤੁਹਾਨੂੰ ਲੱਗਦਾ ਕਿ ਪੰਥ ਯਕੀਨ ਕਰ ਰਿਹਾ ਸੁਖਪਾਲ ਖਹਿਰਾ ਤੇ? ਬਿਲਕੁਲ ਨਹੀਂ ਜੀ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਉਹਨੇ ਪਿੱਛੇ ਬਰਨਾਲੇ ਬੋਲਿਆ ਵੀ ਅਸੀਂ ਬੰਦੀ ਸਿੰਘਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਜਾਂ ਅਸੀਂ ਧਰਨਾ ਲਾਵਾਂਗੇ। ਪਰ ਮੈਂ ਇੱਕ ਗੱਲ ਸੁਖਪਾਲ ਖਹਿਰੇ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਜ਼ਰੀਏ, ਜੇ ਮੇਰੀ ਉਹ ਗੱਲ ਸੁਣਨਗੇ ਕਿਤੇ ਨਾ ਕਿਤੇ ਉਹਦੇ ਕੋਲ ਵੀਡੀਓ ਪਹੁੰਚੀ, ਵੀ ਜਿਹੜੇ ਬੰਦੀ ਸਿੰਘ ਨੇਗੇ, ਹੁਣ ਜਗਤਾਰ ਸਿੰਘ ਹਵਾਰਾ ਜੀ, ਜਗਤਾਰ ਸਿੰਘ ਹਵਾਰੇ ਹੋਰੀ ਨੇ ਜਿਹੜੇ, ਉਹਨਾਂ ਨੂੰ ਉਹ ਪੁੱਛਣ ਵਾਲਾ ਹੋਵੇ ਉਹਨੂੰ ਖਹਿਰੇ ਨੂੰ ਵੀ ਉਹ ਬੇਅੰਤ ਬੁੱਚੜ ਨੂੰ ਮਾਰਿਆ ਤਾਂ ਉਹ ਜੇਲ੍ਹ ਗਏ, ਉਹਨਾਂ ਨੂੰ ਜੇਲ੍ਹ ਕਿਹਨੇ ਭੇਜਿਆ? ਬੰਦੀ ਸਿੰਘਾਂ ਨੂੰ, ਕਾਂਗਰਸ ਨੇ। ਅਤੇ ਇਹ ਗੱਲ ਕਰ ਰਿਹਾ ਹੈਗਾ, ਜਿਹੜੀ ਗੱਲ ਕਰ ਰਿਹਾ ਵੀ ਮੈਂ ਐਂ ਕਰਕੇ ਬੰਦੀ ਸਿੰਘਾਂ ਨੂੰ, ਇਹ ਕਿੱਥੋਂ ਛੁਡਾ ਲੂ ਜੀ? ਇਹ ਤਾਂ ਆਪ ਕਾਂਗਰਸੀ ਬੰਦਾ, ਇਹ ਤਾਂ ਚੱਲ ਹੀ ਰਿਹਾ ਦਿੱਲੀ ਤੋਂ ਸਾਰਾ, ਕਾਂਗਰਸ ਸਾਡੇ ਕਾਂਗਰਸ ਨੇ ਜੀ, ਜਿਹੜੀ 1 ਜੂਨ ਆ ਰਹੀ ਹੈਗੀ, 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹਨਾਂ ਨੇ ਸਾਡੇ ਅਕਾਲ ਤਖ਼ਤ ਢਾਹ ਤੇ, ਇਹਨਾਂ ਨੇ ਸਾਡੇ ਜਿਹੜੇ ਨੌਜਵਾਨ ਗਲੇ ਟਾਇਰ ਪਾ ਕੇ ਸਾੜੇ ਗਏ, ਜਿਹੜੇ ਉੱਥੇ ਦਰਸ਼ਨ ਕਰਨ ਗਏ ਸੀ ਉਹਨਾਂ ਨੂੰ ਮਾਰਿਆ ਗਿਆ। ਅਤੇ ਇਹ ਕਿੱਥੋਂ, ਇਹ ਕਿਹੜੇ ਹਿਸਾਬ ਨਾਲ ਪੰਥਕ ਚਿਹਰਾ ਬਣਦਾ ਜੀ? ਇਹ ਤਾਂ ਇਹਨੂੰ ਆਪਦੇ ਆਪ ਸ਼ਰਮ ਆਉਣੀ ਚਾਹੀਦੀ ਹੈ, ਕੋਈ ਸਿਰ 'ਤੇ ਪੱਗ ਬੰਨ੍ਹ ਕੇ ਪੰਥਕ ਨਹੀਂ ਬਣਦਾ ਹੁੰਦਾ ਜੀ, ਇਹ ਤਾਂ ਅੰਦਰ ਹੁੰਦਾ ਜਜ਼ਬਾ। ਮਾਨ ਸਾਹਿਬ ਨੇਗੇ, ਮਾਨ ਸਾਹਿਬ ਪੰਥ ਦੀ ਗੱਲ ਕਰਦੇ ਨੇਗੇ, ਹੁਣ ਤੋਂ ਲੈ ਕੇ ਉੱਤੋਂ ਲੈ ਕੇ ਉਹਨੇ ਪੰਥ ਅਨੇਕਾਂ ਸਿੰਘਾਂ ਨੂੰ, ਉਹਨਾਂ ਨੇ ਉਹਨਾਂ ਦੇ ਕੇਸ ਲੜੇ, 1-200 ਕਿੱਲੇ ਤੋਂ ਉਹਨਾਂ ਕੋਲ ਜ਼ਮੀਨ ਸੀ ਜੀ, ਅੱਜ ਉਹਦੇ ਕੋਲ 25-30 ਕਿੱਲੇ ਜ਼ਮੀਨ ਦੇ ਰਹਿ ਗਏ, ਜਿਹੜੇ ਨਿਰਦੋਸ਼ ਜੇਲ੍ਹਾਂ ਦੇ ਵਿੱਚ ਦੀ ਉਹਨਾਂ ਦੇ ਕੇਸ ਸਾਰੇ ਮਾਨ ਸਾਹਿਬ ਨੇ ਲੜੇ ਨੇ, ਬਾਕੀ ਜਿਹੜੇ ਬਾਹਰ ਫਸੇ ਹੋਏ ਸੀ ਉਹ ਮਾਨ ਸਾਹਿਬ ਕੱਢ ਕੇ ਲਏ ਨੇ। ਜਿਹੜਾ ਪੰਥਕ ਚਿਹਰਾ ਹੈਗਾ, ਅਤੇ ਮੈਂ ਦੱਸਣਾ ਵੀ ਚਾਹੁੰਦਾ ਤੁਹਾਡੇ ਇਹਦੇ ਮਾਧਿਅਮ ਰਾਹੀਂ ਵੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਇਹਨਾਂ ਦੇ ਭੁਲੇਖੇ 'ਚ ਨਾ ਰਹੋ, ਇਹ ਸਾਰੇ ਦਿੱਲੀ ਤੋਂ ਚੱਲਦੇ ਨੇ, ਚਾਹੇ ਉਹ ਪੱਗਾਂ ਬੰਨ੍ਹ ਕੇ ਆਉਣ, ਚਾਹੇ ਟੋਪੀਆਂ ਪਾ ਕੇ, ਚਾਹੇ ਗਲ 'ਚ ਪੀਲੇ ਪਰਨੇ ਪਾਈ ਫਿਰਨ, ਇਹ ਸਾਰੇ ਬਿਲਕੁਲ ਜੀ ਕਾਂਗਰਸ ਦੇ, ਇਹ ਬਿਲਕੁਲ ਦਿੱਲੀ ਦੇ ਦੱਲੇ ਨੇਗੇ ਇਹ। ਇਹ ਕਦੇ ਵੀ ਪੰਜਾਬ ਦੇ ਹਿੱਤ ਦੀ ਗੱਲ ਜਾਂ ਸਿੱਖੀ ਦੀ ਗੱਲ ਜਾਂ ਬੰਦੀ ਸਿੰਘਾਂ ਦੀ ਗੱਲ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਇਹ ਗੱਲ ਸਹੀ ਹੈ ਜਿਹੜੀ ਤੁਸੀਂ ਹੁਣੀ ਕਹਿ ਕੇ ਹਟੇ ਹੋ ਕਿ ਮਾਨ ਸਾਹਿਬ ਦੇ ਕੋਲ 250 ਕਿੱਲਾ ਜ਼ਮੀਨ ਸੀਗੀ, ਉਹ ਹੁਣ 25 ਕਿੱਲੇ ਰਹਿ ਗਏ। ਬਿਲਕੁਲ ਜੀ ਬਿਲਕੁਲ, ਉਹ ਜਦੋਂ ਆ ਭਰਦੇ ਨੇ ਜੀ ਕਾਗਜ਼ ਅਤੇ ਨਾਮਜ਼ਦਗੀ ਕਾਗਜ਼, ਉਹਦੇ ਵਿੱਚ ਵੀ ਹੈਗਾ। ਬਾਕੀ ਅਸੀਂ ਤਾਂ ਬੜੇ ਚਿਰ ਤੋਂ ਉਹਨੂੰ ਜਾਣ ਦਿਆਂਗੇ, ਕਿਉਂਕਿ ਮੈਂ ਤਾਂ ਹੁਣ ਪਿੱਛੇ ਜਦੋਂ ਉਹਨਾਂ ਦਾ ਇੱਕ ਬਿਆਨ ਆਇਆ ਸੀ, ਮੇਰੀ ਕੌਮ ਹਰਾ ਦਿੰਦੀ ਹੈਗੀ, ਜਦੋਂ ਉਦੋਂ ਅਮਰਗੜ੍ਹ ਤੋਂ ਲੜੇ ਸੀ, ਮੈਂ ਤਾਂ ਉਦੋਂ ਜੁੜਿਆ ਜੀ ਨਾਲ, ਪਰ ਮੇਰੇ ਜਿਹੜੇ ਭਰਾ ਸੀਗੇ ਉਹ 1999 ਤੋਂ ਜੁੜੇ ਹੋਏ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀਗਾ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਜੀ ਉਹਨਾਂ ਨੇ ਆਪਦੇ ਖਾਤਰ ਜਿੰਨੇ ਲੀਡਰ ਬਣੇ ਨੇ, ਲੀਡਰਾਂ ਨੇ ਜੀ ਘਰ ਭਰੇ ਨੇ, ਪਰ ਇਹਨਾਂ ਨੇ ਜੀ ਘਰ ਫੂਕ ਕੇ ਤਮਾਸ਼ਾ ਦੇਖਿਆ। ਇਹਨਾਂ ਨੇ ਆਪਦੇ ਮਤਲਬ ਜਿੰਨੀ ਨਿੱਜੀ ਜ਼ਮੀਨ ਜਾਇਦਾਦ ਸੀਗੀ 250 ਕਿੱਲੇ ਦੇ ਵਿੱਚੋਂ, ਮੈਂ ਤੁਹਾਨੂੰ ਦੱਸਿਆ ਵੀ ਵੇਚ ਕੇ ਇਹਨਾਂ ਨੇ ਉਹ ਨੌਜਵਾਨਾਂ ਨੂੰ ਜੇਲ੍ਹਾਂ ਚੋਂ ਕਢਾਇਆ ਗਾ, ਬਾਹਰੋਂ ਵੀ ਬਹੁਤ ਇਹਨਾਂ ਨੇ ਮਤਲਬ। ਤੁਸੀਂ ਇੰਨਾ ਸਮਾਂ ਹੋ ਗਿਆ ਨਾਲ ਰਹਿੰਦਿਆਂ ਨੂੰ, ਮਾਨ ਸਾਹਿਬ ਦਾ ਦਿਲ ਤੁਹਾਨੂੰ ਲੱਗਦਾ ਵੀ ਦਰਿਆ ਵਰਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਤੁਹਾਡੇ ਸਾਹਮਣੇ ਕਦੀ ਪੈਸੇ ਕੱਢ ਕੇ ਤੁਹਾਡੇ ਸਾਹਮਣੇ ਕਦੀ ਕਿਹਾ ਹੋਵੇ ਵੀ ਇਹ ਖਰਚਾ ਮੈਂ ਕਰੂੰ? ਬਿਲਕੁਲ ਜੀ ਬਿਲਕੁਲ, ਮੈਂ ਤੁਹਾਨੂੰ ਦੱਸਦਾ ਜੀ,
ਮੈਂ ਨਾ ਖਾੜੇ ਦੇ ਵਿੱਚ ਸ਼ੈੱਡ ਪਵਾਉਣਾ ਸੀਗਾ। ਮੈਂ ਆਖਿਆ ਵੀ ਪ੍ਰਧਾਨ ਜੀ ਐਂ ਕਰਕੇ ਇੱਥੇ ਮੁੰਡੇ ਜਦੋਂ ਮੀਂਹ ਪੈਂਦਾ ਗਿੱਲਾ ਹੋ ਜਾਂਦਾ ਗਾ ਖਾੜਾ। ਉਹ ਕਹਿੰਦਾ ਵੀ ਪਹਿਲਾਂ ਆਪਾਂ ਦੇਖਦੇ ਹਾਂ ਐਮਪੀ ਲੈਂਡ ਫੰਡ ਦੇ ਵਿੱਚੋਂ ਜੇ ਨਾ ਬਣਿਆ। ਉਹ ਕਹਿੰਦਾ ਚੀਮਾ ਸਾਹਿਬ ਕਹਿੰਦਾ 2 ਲੱਖ ਲੱਗੇ, 2.5 ਲੱਖ ਲਵੇ। ਕਹਿੰਦਾ ਮੈਂ ਆਪ ਇੱਥੇ ਬਣਾ ਕੇ ਜਾਊਂ ਜੇਬ 'ਚੋਂ, ਆਪਦੀ ਜੇਬ 'ਚੋਂ ਮਤ। ਹਾਂ ਹਾਂ ਬਣ ਗਿਆ ਜੀ। ਸੋ ਇਹ ਗੱਲ ਹੈਗੀ ਵੀ ਉਹ ਇੱਕ ਸ਼ਖਸੀਅਤ ਹੈ ਜੀ, ਉਹ ਬੜੇ ਸੱਚੇ ਸੁੱਚੇ ਨੇ। ਜੋ ਉਹਨੇ ਗੱਲ ਕਹਿਤੀ ਉਹ ਗੱਲ 'ਤੇ ਉਹ ਖੜੇ ਨੇਗੇ। ਇਹ ਨਹੀਂ ਹੈਗਾ ਵੀ ਇੱਥੇ ਗੱਲ ਹੋਰ ਕਰਕੇ ਉੱਥੇ ਜਾ ਕੇ ਹੋਰ ਕਰਨਗੇ, ਨਹੀਂ। ਉਹਨਾਂ ਦੀ ਜਿਹੜੀ ਗੱਲ ਹੈ ਇੱਥੋਂ ਵੀ ਉਹਨਾਂ ਨੇ ਉਹੀ ਕਰਨੀ ਹੈ, ਪਾਰਲੀਮੈਂਟ 'ਚ ਉਹੀ, UN ਦੇ ਵਿੱਚ ਵੀ ਉਹੀ ਗੱਲ ਕਰਨੀ ਹੈ। ਇੱਕ ਗੱਲ ਮਾਨ ਸਾਹਿਬ ਬਾਰੇ ਬੜੀ ਲੋਕ ਕਹਿੰਦੇ ਵੀ ਕਹਿੰਦੇ ਵੀ ਜੇ ਪੰਥਕ ਪਾਰਟੀ ਹੈ ਤਾਂ ਮਾਨ ਸਾਹਿਬ ਤੋਂ ਇਲਾਵਾ ਹੋਰ ਕੋਈ ਪੰਥਕ ਚਿਹਰਾ ਕਿਉਂ ਨਹੀਂ ਮਾਨ ਸਾਹਿਬ ਉਭਾਰ ਸਕੇ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਰਫ ਮਾਨ ਸਾਹਿਬ ਦੇ ਆਲੇ ਦੁਆਲੇ ਘੁੰਮਦੀ, ਕੋਈ ਹੋਰ ਚਿਹਰਾ ਨਹੀਂ ਉਭਰ ਸਕਿਆ ਜਾਂ ਪੰਥ ਨੂੰ ਕੋਈ ਦੂਜਾ ਲੀਡਰ ਨਹੀਂ ਮਿਲ ਸਕਿਆ? ਦੇਖੋ ਜੀ, ਉਹੀ ਗੱਲ ਹੈ ਕਰਨ ਜੀ, ਇੱਕ ਸੱਚਾ ਸੁੱਚਾ ਵੱਡਾ ਕਿਰਦਾਰ ਮਾਨ ਸਾਹਿਬ ਮਸਤੋਣਾ ਸਾਹਿਬ ਬੋਲੇ ਸੀ, ਕੱਲ੍ਹ ਵੀ ਬੋਲੇ ਸੀ ਵੀ ਜਿਹੜੀ ਮੇਰੀ ਪਾਰਟੀ ਤੋਂ ਬਾਅਦ ਅੱਜ ਮਾਨ ਸਾਹਿਬ ਦੀ 78 ਸਾਲ ਦੀ ਉਮਰ ਹੋ ਗਈ ਜੀ, ਅਤੇ ਮਹਾਰਾਜ ਅਸੀਂ ਤਾਂ ਅਰਦਾਸ ਕਰਦੇ ਉਮਰ ਲੰਬੀ ਹੋਵੇ, ਕੌਮ ਨੂੰ ਇਹੋ ਜਿਹੇ ਜਰਨੈਲਾਂ ਦੀ ਯੋਧਿਆਂ ਦੀ ਲੋੜ ਹੈ। ਉਹ ਕਹਿੰਦੇ ਵੀ ਸਾਥੋਂ ਬਾਅਦ ਮੈਂ ਨਹੀਂ ਕਹਿੰਦਾ ਹੈਗਾ ਵੀ ਜਿਹੜਾ ਮੇਰਾ ਪਾਰਟੀ ਹੈ ਜਾਂ ਮੇਰਾ ਬੇਟਾ ਬਣੇ ਜਾਂ ਕੋਈ ਹੋਰ ਬਣੇ, ਕਹਿੰਦਾ ਜਿਹਨੂੰ ਕੌਮ ਬਣਾਊਗੀ ਪਾਰਟੀ ਦਾ ਪ੍ਰਧਾਨ ਉਹੀ ਬਣੂਗਾ। ਸੋ ਉਹ ਗੱਲ ਹੈ ਵੀ ਜਿਹੜੀ ਇਹਨਾਂ ਦੀ ਪਰਖ ਦੀ ਮਤਲਬ ਤੱਕੜੀ ਹੈ, ਕਸਪੱਟੀ ਹੈ ਜੀ, ਉਹਦੇ ਉੱਤੇ ਹਰੇਕ ਨਹੀਂ ਪੂਰਾ ਉਤਰਦਾ। ਬੜੇ ਆਏ ਆ ਕੇ ਜਦੋਂ ਅੰਦਰੋਂ ਖਾਤੇ ਕਿਧਰੇ ਹੋਰ ਗੱਲਾਂ ਬਾਤਾਂ 'ਤੇ, ਉਹ ਮਾਨ ਸਾਹਿਬ ਕਹਿੰਦੇ ਵੀ ਨਹੀਂ, ਇਹ ਸਾਡੇ ਨਹੀਂ ਬਰਾਬਰ ਖੜਨ ਵਾਲੇ ਹੈਗੇ, ਕਿਉਂਕਿ ਅੰਦਰੋਂ ਹੋਰ ਬਾਹਰੋਂ ਹੋਰ ਮਾਨ ਸਾਹਿਬ ਨੂੰ ਇਹੋ ਜਿਹੇ ਪਸੰਦ ਨਹੀਂ ਜੀ। ਉਹ ਤਾਂ ਕਹਿੰਦੇ ਵੀ ਜੇ ਖੜ ਗਏ ਤਾਂ ਹੀ ਕਰਕੇ ਕੋਈ ਵਧੀਆ, ਜਿਵੇਂ ਤੁਸੀਂ ਕਹਿੰਦੇ ਹੋ ਚਿਹਰਾ, ਚਲੋ ਹੁਣ ਆਇਆ ਸੀ ਦੀਪ ਸਿੱਧੂ ਆਇਆ ਸੀ ਜੀ, ਦੀਪ ਸਿੱਧੂ, ਮੈਂ ਆਪ ਮਾਨ ਸਾਹਿਬ ਦੀ ਇਹ ਗੱਲ ਮੂੰਹੋਂ ਸੁਣੀ ਹੈ ਵੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਸਾਡੀ ਪਾਰਟੀ ਦੇ ਵਿੱਚ ਮੇਥੋਂ ਬਾਅਦ ਮੇਰੀ ਪਾਰਟੀ ਨੂੰ ਚਲਾਉਣ ਵਾਲਾ ਬਹੁਤ ਵਧੀਆ ਇੱਕ ਸੱਚਾ ਸੁੱਚਾ ਇਨਸਾਨ ਦੀਪ ਸਿੱਧੂ ਮਿਲ ਗਿਆ। ਪਰ ਉਹ ਚਲੋ ਪਾਰਟੀ ਦੇ ਮਾੜੇ ਭਾਗ ਲਾ ਲਓ ਜਾਂ ਜੋ ਸਰਕਾਰਾਂ ਦੀਆਂ ਚਾਲਾਂ ਲਾ ਲਓ ਵੀ ਸਾਡੇ ਵਿੱਚ ਨਹੀਂ ਰਹੇ, ਮਤਲਬ ਇਹੀ ਜਿਹੀ ਸੋਚ ਦੇ ਬੰਦੇ ਨੂੰ ਉਹ ਸੋਚਦੇ ਨੇ ਵੀ ਸਾਡੀ ਪਾਰਟੀ ਦੇ ਵਿੱਚ ਹੋਵੇ ਜਿਹੜਾ ਪਾਰਟੀ ਚਲਾਵੇ। ਮਾਨ ਸਾਹਿਬ ਸੋਚਦੇ ਸੀ ਦੀਪ ਸਿੱਧੂ ਉਹਨਾਂ ਦੀ ਪਾਰਟੀ ਦੀ ਕਮਾਨ ਸਾਂਭਣਗੇ ਉਹਨਾਂ ਦੇ ਬਾਅਦ। ਬਿਲਕੁਲ ਬਿਲਕੁਲ ਜੀ, ਉਹਨਾਂ ਨੇ ਇਹ ਗੱਲ ਕਹਿਤੀ ਸੀਗੀ, ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਦੀਪ ਸਿੱਧੂ ਆਇਆ ਗਾ। ਇੱਕ ਤਾਂ ਦੀਪ ਸਿੱਧੂ ਬੜਾ ਸ਼ਾਰਪ ਦਿਮਾਗ ਸੀ ਜੀ, ਬਹੁਤ ਵੱਡੀ ਉੱਚੀ ਸੋਚ ਸੀ, ਉਹਨਾਂ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਸੀਗਾ ਅਤੇ ਸਾਰੇ ਉਹਨੇ ਮਤਲਬ ਲੋ ਕੀਤਾ ਬਾਹਰੋਂ, ਸਾਰਾ ਕੁਛ ਉਹਨੂੰ ਪਤਾ ਸੀਗਾ। ਸਾਨੂੰ ਮਾਨ ਸਾਹਿਬ ਨੂੰ ਐਸੇ ਲੀਡਰ ਦੀ ਲੋੜ ਸੀਗੀ ਵੀ ਇੱਕ ਜਿਹੜਾ ਡਾਂਗ ਲੈ ਕੇ ਵੀ ਤਕੜਾ ਹੋਵੇ ਅਤੇ ਟੇਬਲ ਦੇ ਉੱਪਰ ਵੀ ਤਕੜਾ ਹੋਵੇ। ਸਾਨੂੰ ਇਹੋ ਜਿਹੇ ਲੀਡਰਾਂ ਦੀ, ਮਾਨ ਸਾਹਿਬ ਖੁਦ ਆਪ ਇੰਨੇ ਪੜ੍ਹੇ ਲਿਖੇ ਨੇਗੇ, ਉਹ ਡਾਂਗ ਲੈ ਕੇ ਵੀ ਤਕੜੇ ਨੇ ਅਤੇ ਜੇ ਕੁਰਸੀ 'ਤੇ ਕੋਈ ਗੱਲ ਕਰਨੀ ਹੈ ਬਹਿ ਕੇ ਟੇਬਲ 'ਤੇ, ਉੱਥੇ ਵੀ ਉਨੇ ਤਕੜੇ ਨੇ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪਹਿਲਾਂ ਇੱਕ ਵਫਦ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਉਹਨੂੰ ਮਿਲ ਕੇ ਆਉਂਦਾ ਕੁਛ ਦਿਨ ਪਹਿਲਾਂ। ਉਸ ਵਫਦ ਦੇ ਵਿੱਚ ਸ਼ਾਇਦ ਤੁਹਾਡਾ ਨਾਮ ਜਾਂ ਤੁਸੀਂ ਵੀ ਸੀਗੇ, ਪਰ ਤੁਸੀਂ ਕੰਟੈਕਟ ਦੇ ਵਿੱਚ ਵੀ ਸੀਗੇ। ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਵਾਂਗੂ ਮੂਸੇਵਾਲਾ ਵੀ ਇਸ ਪਾਰਟੀ ਨੂੰ ਜੁਆਇਨ ਕਰ ਸਕਦੇ ਸੀ? ਬਿਲਕੁਲ ਜੀ, ਮੈਂ ਜਾ ਕੇ ਆਇਆ ਸੀਗਾ, ਅਸੀਂ ਗਿਆ ਸ਼ਾਇਦ 26 ਤਰੀਕ ਨੂੰ ਗਿਆਂਗੇ, 25-26 ਨੂੰ, 29 ਨੂੰ ਉਹ ਸਾਥੋਂ ਸਾਡੇ 'ਚੋਂ ਚਲੇ ਗਏ ਹੈ ਨਾ, ਅਤੇ ਉਹਨਾਂ ਦਾ ਕਤਲ ਕੀਤਾ ਗਿਆ। ਪਰ ਉਹਨਾਂ ਦੀ ਇਹ ਸੋਚ ਹੈਗੀ ਸੀ ਜੀ, ਅਤੇ ਉਹਨਾਂ ਦੀ ਜਿਹੜੀ ਸੋਚ ਸੀਗੀ ਤੁਸੀਂ ਦੇਖਿਆ, ਉਹਨਾਂ ਦੇ ਅਕਸਰ ਜਿਹੜੇ ਟਰੈਕਟਰ ਦੇ ਉੱਤੇ ਸੰਤਾਂ ਦੀ ਫੋਟੋ ਲੱਗੀ ਹੋਈ ਸੀ, ਸੰਤਾਂ ਦੀ ਉਹ ਗੱਲ ਕਰਦਾ ਸੀਗਾ ਅਤੇ ਸਿਮਰਜੀਤ ਮਾਨ ਦੀ ਵੀ ਉਹ ਗੱਲ ਕਰਦਾ ਸੀ, ਉਹ ਕਹਿੰਦਾ ਵੀ ਸੀਗਾ ਅਤੇ ਵੀ ਮੈਂ ਕਾਗਜ਼ ਭਰਾ ਕੇ ਆਊਂਗਾ ਸੰਗਰੂਰ, ਜਦੋਂ ਮਾਨ ਸਾਹਿਬ ਜਿਮਨੀ ਚੋਣਾਂ ਦੇ ਵਿੱਚ ਪਿਛਲੀ ਵਾਰ ਜਦੋਂ ਜਿੱਤੇ ਨੇਗੇ। ਅਤੇ ਉਹਨਾਂ ਦੀ ਇਹ ਹੈਗੀ ਸੀ ਜੀ ਵੀ ਤਾਂ ਹੀ ਕਰਕੇ ਏਜੰਸੀਆਂ ਨੂੰ ਉਹਨੂੰ ਖਤਮ ਕਰਾਤਾ ਜੀ, ਅਤੇ ਉਹਨੇ ਮਤਲਬ ਇੱਧਰ ਆਉਣਾ ਸੀ, ਪਾਰਟੀ ਕੰਨੀ ਆਉਣਾ ਸੀਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਆਉਣਾ ਸੀ, ਬਹੁਤ ਸਤਿਕਾਰ ਕਰਦੇ ਸੀ ਉਹ ਸਿਮਰਜੀਤ ਮਾਨ ਦਾ, ਉਹਨਾਂ ਨੇ ਫੋਨ 'ਤੇ ਗੱਲ ਵੀ ਕੀਤੀ ਆ, ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ, ਜਸਕਰਨ ਸਿੰਘ ਕਾਹਨ ਸਿੰਘ ਵਾਲੇ ਨੇ ਗੱਲ ਕਰਾਈ ਸੀ, ਉਹ ਕਹਿੰਦਾ ਵੀ ਬਾਪੂ ਮੈਂ ਆਊਂਗਾ, ਮੈਂ ਟਰੈਕਟਰ ਲੈ ਕੇ ਨਾਟਗਰਾਂ ਆਊਂਗਾ, ਤੁਹਾਡਾ ਕਾਗਜ਼ ਭਰਾ ਕੇ ਜਾਊਂਗਾ। ਬਾਈ ਜਿਵੇਂ ਤੁਸੀਂ ਕਿਹਾ ਕਿ ਮੂਸੇਵਾਲਾ ਆਪਣੇ ਆਖਰੀ ਦਿਨਾਂ ਦੇ ਵਿੱਚ ਸਿਮਰਨਜੀਤ ਮਾਨ ਹੋਣਾ ਦੀ ਪਾਰਟੀ ਜੁਆਇਨ ਕਰ ਸਕਦੇ ਸੀਗੇ ਜਾਂ ਫਿਰ ਉਹਨਾਂ ਦਾ ਮਨ ਸੀ, ਪਰ ਅੱਜ ਜਦੋਂ ਤੁਸੀਂ ਦੇਖਦੇ ਹੋ ਕਿ ਉਹਨਾਂ ਦੇ ਪਿਤਾ ਬਲਕੌਰ ਸਿੰਘ, ਸੁਖਪਾਲ ਖਹਿਰਾ ਨਾਲ ਸਾਂਝੀ ਟੇਬਲ 'ਤੇ ਬੈਠੇ ਹੁੰਦੇ ਨੇ ਕਾਂਗਰਸ ਦੀ ਪਾਰਟੀ ਵੱਲੋਂ, ਉਦੋਂ ਕੀ ਚੱਲਦਾ? ਉਹੀ ਗੱਲ ਹੈ ਜੀ, ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਵੀ ਜਿਹੜੇ ਸਿੱਧੂ ਮੂਸੇਵਾਲਾ ਸੀਗਾ ਅਤੇ ਉਹ ਬਹੁਤ ਵੱਡੀ ਉਹ ਵੀ ਸ਼ਖਸੀਅਤ ਬਣ ਗਈ ਸੀ, ਕਿਉਂਕਿ ਉਹਨਾਂ ਦੇ ਅੰਦਰ ਬੜਾ ਸੱਚ ਸੀਗਾ ਬੜੀ, ਜਿੰਨੀਆਂ ਉਹਨੇ ਗੱਲਾਂ ਕੀਤੀਆਂ ਨੇਗੀਆਂ ਕੌਮ ਦੀਆਂ ਗੱਲਾਂ, ਚਾਹੋ ਬਲਵਿੰਦਰ ਜਟਾਣੇ ਦੀ ਗੱਲ ਹੋਵੇ, ਉਹਦੀ ਸੋਚ ਦੱਸਦਾ ਵੀ ਕਿੱਡੀ ਵੱਡੀ ਸੋਚ ਸੀ, ਚਾਹੋ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਗਾਣੇ ਦੇ ਵਿੱਚ, ਚਾਹੋ ਉਹਨਾਂ ਨੇ ਬੀਬੀ ਖਾਲੜਾ ਦੀ ਕੀਤੀ, ਚਾਹੋ ਦੀਪ ਸਿੱਧੂ ਦੀ ਗੱਲ ਕੀਤੀ, ਪਰ ਅੱਜ ਜੋ ਸਰਦਾਰ ਬਲਕੌਰ ਸਿੰਘ, ਚਲੋ ਅੰਕਲ ਕਹਿੰਦੇ ਆਪਾਂ, ਅਤੇ ਜੋ ਕਰ ਰਹੇ ਨੇਗੇ ਉਹ ਉਹਨਾਂ ਦਾ ਇੱਕ ਜਿਹੜੀ ਉਹਦੀ ਸ਼ਖਸੀਅਤ ਸੀਗੀ, ਉਹਦੀ ਸ਼ਖਸੀਅਤ ਨੂੰ ਖਰਾਬ ਕਰ ਰਹੇ ਨੇ, ਰੋਲ ਰਹੇ ਨੇ ਉਹਨੇ ਸ਼ਖਸੀਅਤ ਨੂੰ, ਕਿਉਂਕਿ ਇੱਕ ਵਾਰੀ ਸਰਦਾਰ ਬਲਕੌਰ ਸਿੰਘ ਨੇ ਆਪ ਆਖਿਆ ਵੀ ਮੇਰਾ ਪੁੱਤਰ ਰਾਜਨੀਤੀ ਦਾ ਸ਼ਿਕਾਰ ਹੋ ਗਿਆ, ਅੱਜ ਉਹ ਵੀ ਕਿਤੇ ਨਾ ਕਿਤੇ ਰਾਜਨੀਤੀ ਦੇ ਸ਼ਿਕਾਰ ਹੋ ਰਹੇ ਨੇ ਅਤੇ ਉਹਨਾਂ ਨੂੰ ਵਰਤਿਆ ਜਾ ਰਿਹਾ। ਪਰ ਮੈਂ ਇੱਕ ਗੱਲ ਕਰਨ ਜੀ ਇੱਥੇ ਹੋਰ ਦੱਸ ਦਿੰਦਾ ਵੀ ਜੇ ਉਹ ਸੋਚਦੇ ਨੇ ਵੀ ਕਾਂਗਰਸ ਇਨਸਾਫ ਦਵਾ ਦਊਗੀ, ਕਦੇ ਵੀ ਨਹੀਂ ਦਵਾ ਸਕਦੀ ਜੀ, ਨਾ ਭਗਵੰਤ ਮਾਨ ਦਵਾ ਸਕਦਾ, ਨਾ ਕਾਂਗਰਸ ਦਵਾ ਸਕਦੀ ਹੈ, ਨਾ ਅਕਾਲੀ ਦਲ, ਇਹ ਇੱਕ ਸਿਰਫ ਪੰਜਾਬ ਤੱਕ ਸੀਮਿਤ ਨੇ। ਜੇ ਗੋਲਡੀ ਦੀ ਗੱਲ ਕਰਦੇ ਹਾਂ ਆਪਾਂ, ਗੋਲਡੀ ਬਰਾੜ ਦੀ ਉੱਥੋਂ ਲਿਆਉਣ ਦੀ, ਅਤੇ ਉਹ ਜਾਂ ਤਾਂ ਆਪਾਂ ਸੈਂਟਰ ਸਰਕਾਰ ਕਰ ਸਕਦੀ ਹੈ ਪਰ ਸੈਂਟਰ ਨੇ ਨਹੀਂ ਕਰਨਾ, ਜਾਂ ਫਿਰ ਇੱਕ ਇੰਟਰਨੈਸ਼ਨਲ ਲੀਡਰ ਨੇਗੇ ਜਿਹਨੂੰ ਪੂਰੀ ਦੁਨੀਆ ਜਾਣਦੀ ਹੈ, ਜਿਹਦੀ ਯੂਐਨ ਦੇ ਵਿੱਚ ਗੱਲ ਹੁੰਦੀ ਹੈ, ਸਰਦਾਰ ਸਿਮਰਜੀਤ ਸਿੰਘ ਮਾਨ। ਜੇ ਸਰਦਾਰ ਸਿਮਰਜੀਤ ਸਿੰਘ ਮਾਨ ਉੱਥੋਂ ਗੋਲਡੀ ਬਰਾੜ ਨੂੰ ਜੇ ਯੂਐਨ 'ਚੋਂ ਗੱਲ ਕਰਕੇ ਉਹ ਲਿਆ ਸਕਦੇ ਨੇ, ਜੇ ਇਹ ਸੋਚਦੇ ਹੋਣ ਵੀ ਸਾਨੂੰ ਇਨਸਾਫ ਦੇ ਦੂਗਾ, ਉਹ ਇਹ ਭੁੱਲ ਜਾਣ ਇਹ ਪਾਰਟੀ ਇਹਨਾਂ ਨੂੰ ਵਰਤ ਰਹੀਆਂ ਨੇਗੀਆਂ। ਪਹਿਲਾਂ ਇਹਨਾਂ ਦੇ ਬੇਟੇ ਨੂੰ ਵਰਤਿਆਗਾ ਅਤੇ ਦੇਖੋ ਉਹਦਾ ਐਡਾ ਸਤਿਕਾਰ, ਮੈਂ ਮਿਲ ਕੇ ਆਇਆਂਗਾ, ਦੇਖੋ ਮੇਥੋਂ ਤਕਰੀਬਨ 20-21 ਸਾਲ ਛੋਟੇ ਹੋਣਗੇ, ਮੈਂ ਵੀ ਬਾਈ ਸਿੱਧੂ ਕਹਿਣਾ ਉਹਨੂੰ, 80 ਸਾਲ ਦੇ ਉਹ ਵੀ ਬਾਈ ਸਿੱਧੂ ਕਹਿੰਦੇ ਸੀਗੇ, ਜਿਹੜੇ 7-8 ਸਾਲ ਦੇ ਜਵਾਕ ਸੀ ਉਹ ਵੀ ਉਹਨੂੰ ਬਾਈ ਸਿੱਧੂ ਕਹਿੰਦੇ ਸੀ, ਇੰਨਾ ਸਤਿਕਾਰ ਸੀ। ਮੈਂ ਇਹੀ ਉਹਨਾਂ ਨੂੰ ਕਹਿਣਾਗਾ ਅੰਕਲ ਉਹਨਾਂ ਨੂੰ ਵੀ ਤੁਸੀਂ ਉਹਨਾਂ ਦਾ ਐਡੀ ਵੱਡੀ ਸ਼ਖਸੀਅਤ ਐਡਾ ਨਾਓ ਵੀ ਉਹ ਰੋਲੋ ਨਾ, ਅਤੇ ਤੁਸੀਂ ਸਭ ਦੇ ਸਾਂਝੇ ਹੋਗੇ, ਤੁਸੀਂ ਜਿਹੜਾ ਤੁਹਾਡੇ ਘਰੇ ਪਰਮਾਤਮਾ ਨੇ ਹੋਰ ਦਾਤ ਦਿੱਤੀ ਹੈ ਉਹਨਾਂ ਨੂੰ ਪਾਲਣ ਪੋਸ਼ਣ ਕਰੋ, ਉਹ ਵੀ ਇਸੇ ਤਰ੍ਹਾਂ ਮਤਲਬ ਉੱਚੀਆਂ ਗੱਲਾਂ ਕੌਮ ਦੀਆਂ ਗੱਲਾਂ ਕਰੇ। ਸੋ ਇਹ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਇਹ ਭੁੱਲ ਜਾਣੇ, ਰਾਜਨੀਤੀ ਇਹ ਨਾਲ ਖੇਡ ਰਹੇ ਨੇਗੇ, ਪਹਿਲਾਂ ਪੁੱਤ ਨਾਲ ਰਾਜਨੀਤੀ ਖੇਡੀ ਉਹ ਦੁਨੀਆਂ ਤੋਂ ਤੁਰ ਗਿਆ, ਅੱਜ ਇਹ ਵੀ ਰਾਜਨੀਤੀ ਸ਼ਿਕਾਰ ਹੋ ਰਹੇ ਨੇਗੇ। ਤੁਹਾਨੂੰ ਲੱਗਦਾ ਕਿ ਬਲਕੌਰ ਸਿੰਘ ਉਹਨਾਂ ਨੂੰ ਕਾਂਗਰਸ ਵਰਤ ਰਹੀ ਹੈ? ਬਿਲਕੁਲ ਵਰਤ ਰਹੀ ਹੈ ਜੀ, ਬਿਲਕੁਲ ਵਰਤ ਰਹੀ ਹੈ, ਕਾਂਗਰਸ ਵਰਤ ਰਹੀ ਹੈਗੀ। ਅਤੇ ਉਹਨਾਂ ਨੂੰ ਦੇਖੋ, ਮੈਂ ਇੱਕ ਤੁਹਾਨੂੰ ਇੱਥੇ ਹੋਰ ਗੱਲ ਕਰਦਾ, ਅੱਜ ਕਿੰਨੇ ਕਾਂਗਰਸ ਦੇ, ਚਾਹੇ ਉਹ ਨਵਨੀਤ ਬਿੱਟੂ ਸੀਗਾ, ਚਲੋ ਅੱਜ ਬੀਜੇਪੀ 'ਚ ਆ ਗਿਆ, ਹੋਰ ਵੀ ਕਿੰਨੇ ਕਾਂਗਰਸ ਦੇ MP ਗਏ ਆ, ਦਿੱਲੀ ਬੈਠੇ ਸੀਗੇ, ਕਿਸੇ ਨੇ ਇੱਕ ਕੋਈ ਦੱਸਦੇ ਵੀ ਸਿੱਧੂ ਮੂਸੇਵਾਲ ਦੀ ਗੱਲ ਕੀਤੀ ਹੈ? ਤਾਂ ਗੱਲ ਕੀਤੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਖਿਆ ਵੀ ਸਾਡੇ ਸਿੱਧੂ ਮੂਸੇਵਾਲੇ ਸਾਹਿਬ ਦਾ ਕਤਲ, ਦੀਪ ਸਿੱਧੂ ਦਾ ਕਤਲ ਇਹ ਸੈਂਟਰ ਨੇ ਕਰਾਇਆਗਾ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਹੈ। ਇਹ ਗੱਲ ਸਰਦਾਰ ਸਿਮਰਜੀਤ ਸਿੰਘ ਮਾਨ ਹੀ ਕਰ ਸਕਦੇ ਨੇ, ਇਹਨਾਂ 'ਤੇ ਭਰੋਸਾ ਨਾ ਕਰੇ, ਪਰ ਇਹਨਾਂ ਨੂੰ ਇਹੀ ਕਹਿਣਾ ਇਹ ਵਰਤ ਰਹੀ ਹੈਗੀ, ਇਹ ਕਾਂਗਰਸ ਇਹਨਾਂ ਨੂੰ ਵਰਤ ਰਹੀ ਹੈਗੀ, ਅਤੇ ਪਹਿਲਾਂ ਇਹਨਾਂ ਦੇ ਪੁੱਤ ਨੂੰ ਵਰਤਿਆ ਉਹ ਦੁਨੀਆਂ ਤੋਂ ਤੁਰ ਗਿਆ, ਵੀ ਇਹਨਾਂ ਨੂੰ ਅੰਕਲ ਉਹਨੂੰ ਸਮਝ ਲੈਣਾ ਚਾਹੀਦਾ ਵੀ ਵਰਤ ਰਹੀ ਹੈ, ਅਤੇ ਆਪਦਾ ਜਿਹੜਾ ਹੁਣ ਦਾ ਆਪਦਾ ਵਧੀਆ ਜੀਵਨ ਹੈਗਾ ਉਹ ਆਪਦਾ ਜੀਵਨ ਬਤੀਤ ਕਰਨ, ਇਹ ਚੀਜ਼ਾਂ ਤੋਂ ਦੂਰ ਰਹਿਣ, ਕਿਉਂਕਿ ਉਹ ਸਾਂਝੇ ਨੇ ਸਭ ਦੇ, ਚਾਹੋ ਮੁਸਲਮਾਨ ਹੈ, ਚਾਹੋ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੋ ਅਕਾਲੀ ਹੈ, ਕਾਂਗਰਸੀ ਹੈ, ਚਾਹੋ ਆਮ ਪਾਰਟੀ, ਸਾਰੇ ਉਹਨਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਨੂੰ ਇਹਨਾਂ ਦੇ ਵਿੱਚ ਸਿਆਸਤ 'ਚ ਆਉਣਾ ਨਹੀਂ ਚਾਹੀਦਾ।
ਹੋਣਾ ਚਾਹੀਦਾ। ਬਿਲਕੁਲ, ਤੁਹਾਡੀ ਟੀਮ ਬਹੁਤ ਵੱਡੀ ਜਿਹੜੀ ਮਾਨ ਸਾਹਿਬ ਦੇ ਹੱਕ 'ਚ ਪ੍ਰਚਾਰ ਕਰ ਰਹੀ, ਉਹ ਸਾਰੀ ਟੀਮ ਉਸ ਦਿਨ ਗੱਲ ਕਰ ਰਹੀ ਸੀਗੀ ਕਿ ਅਸੀਂ ਬਲਕੌਰ ਸਿੰਘ ਦਾ ਬਹੁਤ ਸਤਿਕਾਰ ਕਰਦੇ ਹਾਂ, ਅਸੀਂ ਮਾਨ ਸਾਹਿਬ ਲਈ ਵੋਟ ਮੰਗ ਰਹੇ ਹਾਂ ਅਤੇ ਉਹ ਖਹਿਰੇ ਦੇ ਨਾਲ ਬੈਠੇ ਆ, ਕਿਤੇ ਇਹ ਮਤਲਬ ਉਹਨਾਂ ਦਾ ਗ੍ਰਾਫ ਨਾ ਪੰਜਾਬ ਦੇ ਵਿੱਚ ਡਿੱਗ ਜਾਵੇ, ਕਿਉਂਕਿ ਪੰਜਾਬੀ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ। ਸਿਆਸਤ ਤੁਹਾਨੂੰ ਲੱਗ ਰਿਹਾ ਹੈ ਕਿ ਬਲਕੌਰ ਸਿੰਘ ਨੂੰ ਖਰਾਬ ਕਰ ਸਕਦੀ ਹੈ? ਬਿਲਕੁਲ ਜੀ, ਬਹੁਤ ਗ੍ਰਾਫ ਆ ਗਿਆ ਜੀ ਦਿਨੋਂ ਦਿਨ, ਮੈਂ ਕਈ ਫੋਨ ਮੈਨੂੰ ਵੀ ਆਏ ਨੇਗੇ। ਹੁਣ ਦੇਖੋ ਭਾਨਾ ਸਿੱਧੂ ਹੈਗਾ, ਉਹਦਾ ਮਤਲਬ ਬੜਾ ਪ੍ਰੇਮ ਸੀਗਾ ਆਪਦੇ ਵਿੱਚ ਸਿੱਧੂ ਮੂਸਾ ਦੇ, ਭਾਨੇ ਸਿੱਧੂ ਦਾ, ਅਤੇ ਪਲਵਿੰਦਰ ਝੋਟਾ ਮਾਨ ਸਾਹਿਬ ਦਾ, ਉਹ ਮਾਨ ਸਾਹਿਬ ਦਾ ਪ੍ਰਚਾਰ ਕਰ ਰਹੇ ਨੇਗੇ। ਚਾਹੋ ਲੱਖਾ ਸਧਾਣਾ ਹੋ ਗਿਆ, ਚਾਹੋ ਤਲਵਾੜਾ ਹੋ ਗਿਆ, ਜਿੰਨੇ ਵੀ ਨੇਗੇ ਸਾਰੇ ਉਹ ਇਹਦਾ ਆਪਣੇ ਸਿੱਧੂ ਮੂਸੇਵਾਲੇ ਦਾ ਸਾਰੇ ਪ੍ਰੇਮ ਕਰਦੇ ਸੀ, ਵੈਸੇ ਤਾਂ ਸਾਰਾ ਵਰਲਡ ਹੀ ਕਰਦਾ ਸੀ, ਹੈ ਨਾ। ਪਰ ਉਹਨਾਂ ਦੀਆਂ ਨਿਗਾਹ ਦੇ ਵਿੱਚ ਕਿਤੇ ਨਾ ਕਿਤੇ ਨਾ ਅੰਕਲ ਹੋਰ ਤਰ੍ਹਾਂ ਦੇਖਣ ਲੱਗ ਗਿਆ ਵੀ ਇਹ ਇੱਕ ਸਿਆਸਤ ਦੇ ਵਿੱਚ ਵੜ ਗਿਆ, ਪਰ ਅੱਜ ਕਿਸੇ ਦਾ ਉਹ ਸਾਂਝਾ ਨਹੀਂ ਹੈਗਾ। ਮੈਂ ਤਾਂ ਤੁਹਾਡੇ ਚੈਨਲ ਜ਼ਰੀਏ ਕਹਿਣਾ ਵੀ ਉਹ ਤਾਂ ਇਕੱਲਾ ਕਾਂਗਰਸ ਦਾ ਬਣ ਕੇ ਰਹਿ ਗਿਆ, ਉਹ ਕਿਸੇ ਦਾ ਸਾਂਝਾ ਨਹੀਂ। ਅਸੀਂ ਵੀ ਸਤਿਕਾਰ ਕਰ ਦਿਆਂਗੇ, ਹਾਲਾਂਕਿ ਮੇਰੇ ਛੋਟਾ ਸੀਗਾ, ਮੈਂ ਮਿਲਿਆ ਵੀ ਆ, ਬਹੁਤ ਪ੍ਰੇਮ ਕਰਦਾ ਸੀਗਾ। ਬਿਲਕੁਲ, ਜਿੰਨੇ ਵੀ ਲੋਕ ਮਿਲੇ ਕਹਿੰਦੇ ਵੀ ਅੰਕਲ ਆਂਟੀ ਜਿਹੜੇ ਮੂਸੇ ਦੇ ਫਾਦਰ ਮਦਰ ਨੇ ਬਹੁਤ ਭੋਲੇ ਆ, ਉਹਨਾਂ ਦੇ ਭੋਲੇਪਨ ਜਿਹੜਾ ਉਹਨਾਂ ਦੇ ਭੋਲੇਪਨ ਦਾ ਨਜਾਇਜ਼ ਫਾਇਦਾ ਕਾਂਗਰਸ ਚੱਕ ਰਹੀ, ਜੇ ਅੰਕਲ ਤੱਕ ਕੋਈ ਮੈਸੇਜ ਭੇਜਣਾ ਚਾਹੋ ਤਾਂ ਕੀ ਕਹੋਗੇ? ਮੈਂ ਦੇਖੋ ਇਹੀ ਮੈਸੇਜ ਆ ਮੇਰੀ ਬੇਨਤੀ ਅੰਕਲ ਜੀ ਨੂੰ, ਬਹੁਤ ਸਤਿਕਾਰਯੋਗ ਨੇ ਸਾਡੇ, ਕਿਉਂਕਿ ਇਹ ਉਹਨਾਂ ਦੇ ਪਿਤਾ ਨੇ, ਉਹਨਾਂ ਦੀ ਮਾਤਾ ਹੈਗੀ ਵੀ ਜਿਹਨੇ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੇ ਸਿਰ ਨੂੰ ਪੱਗ ਨੂੰ ਉੱਚਾ ਕੀਤਾ, ਔਰ ਜਿਨ੍ਹਾਂ ਨੇ ਪੰਥ ਦੀਆਂ ਗੱਲਾਂ ਕੀਤੀਆਂ, ਬੀਬੀ ਖਾਲੜਾ ਦੀ ਗੱਲ ਕੀਤੀ, ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ, ਦੀਪ ਸਿੱਧੂ ਦੀ ਗੱਲ ਕੀਤੀ, ਬਲਵਿੰਦਰ ਜਟਾਣਾ ਦੀ ਗੱਲ ਕੀਤੀ। ਸੋ ਮੈਂ ਇਹੀ ਬੇਨਤੀ ਕਰਦਾ ਵੀ ਸਾਡੇ ਭਰਾ ਦਾ ਬਹੁਤ ਵੱਡੀ ਸ਼ਖਸੀਅਤ ਦਾ ਬਹੁਤ ਵੱਡਾ ਨਾਂ ਹੈ, ਅੱਜ ਵੀ ਉਹ ਚਾਹੇ ਦੁਨੀਆਂ 'ਚ ਨਹੀਂ ਪਰ ਹਰੇਕ ਦੇ ਦਿਲ ਦੇ ਵਿੱਚ ਵੱਸਦੇ ਨੇ, ਵੀ ਉਹਨਾਂ ਦਾ ਨਾਂ ਨਾ ਤੁਸੀਂ ਖੋਓ ਜੀ, ਤੁਸੀਂ ਇਹ ਚੀਜ਼ਾਂ ਤੋਂ ਦੂਰ ਹੋ ਜਾਓ ਸਿਆਸਤ ਤੋਂ, ਤੁਸੀਂ ਸਭ ਦੇ ਸਾਂਝਿਓ, ਤੁਸੀਂ ਆਪਦਾ ਘਰੇ ਕੰਮ ਕਰੋ ਜੀ। ਜਿਹੜੀ ਕਾਂਗਰਸ ਦੇ ਨਾਲ ਨੇ ਉਹ, ਉਸ ਕਾਂਗਰਸ ਨੇ ਮੂਸੇਵਾਲੇ ਦੇ ਇਨਸਾਫ ਲਈ ਅੱਜ ਤੱਕ ਕੋਈ ਵੱਡੀ ਕੌਲ ਨਹੀਂ ਦਿੱਤੀ? ਨਹੀਂ, ਕੋਈ ਕੌਲ ਨਹੀਂ ਦਿੱਤੀ ਜੀ। ਕੋਈ ਕਹਿ ਕੇ ਦਿਖਾਵੇ ਵੀ ਉਹਨਾਂ ਨੇ ਕੌਲ ਕੀਤੀ ਫਲਾਣੇ ਥਾਂ, ਅੱਜ ਆਪਾਂ ਇਕੱਠ ਕਰਦੇ ਹਾਂ, ਐਂ ਕੀਤਾ। ਪਰ ਮੈਂ ਉਹ ਫਿਰ ਦੁਬਾਰਾ ਉਹੀ ਗੱਲ ਕਹਿਣਾ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਗੱਲ ਕੀਤੀ ਹੈ, ਪਾਰਲੀਮੈਂਟ ਦੇ ਵਿੱਚ ਕੀਤੀ ਹੈ, ਔਰ ਅਮਿਤ ਸ਼ਾਹ ਮੋਦੀ ਦੀ ਅੱਖ 'ਚ ਅੱਖ ਪਾ ਕੇ ਗੱਲ ਕੀਤੀ ਹੈ, ਸਿੱਧੂ ਮੂਸੇਵਾਲੇ ਦੀ ਗੱਲ, ਦੀਪ ਸਿੱਧੂ ਦੀ ਗੱਲ, ਨਿੱਜਰ ਦੀ ਗੱਲ। ਉਹਨਾਂ ਨੇ ਆਖਿਆ ਸਾਡੇ ਜਿਹੜੇ ਸਿੱਖ ਮਾਰੇ ਗਏ ਨੇਗੇ, ਇਹ ਇੰਡੀਆ ਸਰਕਾਰ ਨੇ, ਇਹਨਾਂ ਨੇ ਮਾਰੇ ਨੇਗੇ, ਸੈਂਟਰ ਨੇ ਮਾਰੇ ਨੇ। ਲਾਸਟ ਸਵਾਲ ਤੁਹਾਨੂੰ, ਸੰਗਰੂਰ ਵਾਲਿਆਂ ਨੂੰ ਕੀ ਕਹਿੰਦੇ ਹੋ, ਕਿਉਂਕਿ ਪਿਛਲੇ ਲੰਮੇ ਸਮੇਂ ਤੁਸੀਂ ਪ੍ਰਚਾਰ ਕਰ ਰਹੇ ਮਾਨ ਸਾਹਿਬ ਦੇ ਲਈ, ਸੰਗਰੂਰ ਦੀ ਨਬਜ਼ ਕੀ ਫੜ ਪਾਏ ਹੋ ਜੇ ਤੁਹਾਨੂੰ ਲੋਕ ਦੇਖ ਰਹੇ ਹੋ ਇੱਥੋਂ ਦੇ ਵੋਟਰ ਤਾਂ ਕੀ ਕਹਿੰਦੇ? ਮੈਂ ਸੰਗਰੂਰ ਵਾਲਿਆਂ ਨੂੰ ਤਾਂ ਇਹੀ ਕਹਿਣਾ ਚਾਹੁੰਦਾ ਜੀ, ਸੰਗਰੂਰ ਦੇ ਕਾਰਨ ਜੀ ਬਹੁਤ ਅਣਖੀ ਲੋਕ ਨੇ, ਕਿਉਂਕਿ ਸੰਗਰੂਰ ਉਹ ਜ਼ਿਲ੍ਹਾ ਹੈ ਜੀ ਜਿਹੜਾ ਕਿ ਸਰਕਾਰ ਦੇ ਉਲਟ ਹੁੰਦਾ। ਦੇਖੋ ਮੈਂ ਥੋੜ੍ਹਾ ਦੱਸ ਦਿੰਦਾ ਵੀ ਇੱਥੇ ਊਧਮ ਸਿੰਘ ਨੇ ਜਨਮ ਇੱਥੇ ਲਿਆ, ਅਤੇ ਅਕਾਲੀ ਫੂਲਾ ਸਿੰਘ ਨੇ ਜਨਮ ਇੱਥੇ ਲਿਆ, ਸੇਵਾ ਸਿੰਘ ਠੀਕਰ ਨੇ ਜਨਮ ਇੱਥੇ ਲਿਆ, ਉਦੋਂ ਇਲਾਵਾ ਜਿਹੜੀਆਂ ਲੋਕ ਕਥਾਵਾਂ ਦੇ ਵਿੱਚ ਗਏ ਜਿਉਣੇ ਮੋੜ ਹੋ ਰਹੀ ਇੱਥੋਂ ਦੇ ਹੋਏ, ਅਤੇ ਜੇ ਆਪਾਂ ਸੰਤਾਂ ਦੀ ਗੱਲ ਕਰੀਏ ਸੰਤ ਬਾਬਾ ਆਤਰ ਸਿੰਘ ਜੀ ਸੰਗਰੂਰ ਜ਼ਿਲ੍ਹੇ ਦੇ ਹੋਏ। ਸੋ ਬੜੇ ਇਹ ਅਣਖੀ ਲੋਕ ਨੇ ਜੀ, ਇਹਨਾਂ ਨੇ ਪਛਾਣ ਲਿਆ, ਇਹ ਲੋਕਾਂ ਦੀਆਂ ਗੱਲਾਂ 'ਚ ਹੁਣ ਨਹੀਂ ਆਉਂਦੇ, ਇਹਨਾਂ ਨੂੰ ਪਤਾ ਵੀ ਇੱਕ ਇਮਾਨਦਾਰ ਲੀਡਰ ਹੈ ਜਿਹੜਾ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ, ਤਾਂ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਹੈ, ਇੱਕੋ ਇੱਕ ਵੋਟ ਸਰਦਾਰ ਸਿਮਰਜੀਤ ਸਿੰਘ ਨੂੰ ਮਾਨ ਨੂੰ ਪਾ ਕੇ ਜਿਤਿਆਉਣਗੇ ਦੁਬਾਰੇ ਦੂਜੀ ਵਾਰ ਫਿਰ, ਨਾਲੇ ਜਿਤਿਆਉਣਗੇ ਵੀ ਘੱਟੋ ਘੱਟ 1-2 ਲੱਖ ਦੇ ਫਰਕ ਨਾਲ ਜਿਤਿਆਉਣਗੇ, 2 ਲੱਖ ਵੋਟ ਦੇ ਫਰਕ ਨਾਲ ਜਿੱਤੋਂਗੇ। ਬਿਲਕੁਲ ਜੀ, 2 ਲੱਖ ਦੇ ਫਰਕ ਨਾਲ ਜਿੱਤਾਂਗੇ ਅਸੀਂ, ਜਿਵੇਂ ਸਾਡੇ ਇੱਥੋਂ ਸੰਗਰੂਰ ਜ਼ਿਲ੍ਹੇ ਦੇ ਲੋਕ ਨੇ ਜਿੰਨਾ ਉਹਨਾਂ ਨੂੰ ਚਾਅ ਹੈਗਾ। ਹਾਂ, ਬਹੁਤ ਬਹੁਤ ਧੰਨਵਾਦ। ਸੋ ਗੋਲੂ ਚੀਮਾ ਪਹਿਲਵਾਨ ਸੱਜੀ ਬਾਂਹ ਮੰਨੀ ਜਾਂਦੀ ਹੈ ਸਿਮਰਜੀਤ ਮਾਨ ਹੋਣਾ ਦੀ, ਉਹਨਾਂ ਦੇ ਪ੍ਰਚਾਰ ਦੇ ਵਿੱਚ ਡਟ ਕੇ ਸਾਹਮਣੇ ਖੜੇ। ਇਸ ਵੇਲੇ ਹਲਕੇ ਦਾ ਕੀ ਹਾਲਾਤ ਹੈ ਉਹ ਵੀ ਇਹਨਾਂ ਨੇ ਦੱਸਿਆ, ਨਾਲ ਨਾਲ ਨਾਰਾਜ਼ਗੀ ਜਾਂ ਦੁੱਖ ਵੀ ਜਤਾਇਆ ਜੋ
ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਜਿਸ ਤਰੀਕੇ ਕਾਂਗਰਸ ਦੇ ਵਿੱਚ ਉਹਨਾਂ ਦੀ ਗਤੀਵਿਧੀਆਂ ਕਹਿ ਰਹੇ ਕਿ ਕਾਂਗਰਸ ਉਹਨਾਂ ਨੂੰ ਵਰਤ ਰਹੀ ਹੈ ਅਤੇ ਉਹ ਸਭ ਦੇ ਸਾਂਝੇ ਨੇ, ਉਹਨਾਂ ਨੂੰ ਸਿਆਸਤ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ, ਮਿੱਟੀ ਦੇ ਲਈ।